ਓਮ ਸ਼ਾਂਤੀ। ਅੱਜ 23/9/2024 ਦੀ ਬਾਣੀ ਹੈ। ਬਾਬਾ ਆਖਦੇ ਨੇ ਮਿੱਠੇ ਬੱਚੇ, ਅੰਦਰ ਵਿੱਚ ਦਿਨ ਰਾਤ ਬਾਬਾ ਬਾਬਾ ਚੱਲਦਾ ਰਹੇ ਤਾਂ ਅਪਾਰ ਖੁਸ਼ੀ ਰਹੇਗੀ। ਬੁੱਧੀ ਵਿੱਚ ਰਹੇਗਾ ਬਾਬਾ ਸਾਨੂੰ ਕਬੀਰ ਦਾ ਖਜ਼ਾਨਾ ਦੇਣ ਆਏ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਬਾਬਾ ਕਿਹੜੀਆਂ ਬੱਚਿਆਂ ਨੂੰ ਓਨੈਸਟ ਇਮਾਨਦਾਰ ਫੁੱਲ ਕਹਿੰਦੇ ਹੈ, ਉਹਨਾਂ ਦੀ ਨਿਸ਼ਾਨੀ ਸੁਣਾਓ। ਅੱਜ ਬਾਬਾ ਦਾ ਉੱਤਰ ਹੈ, ਓਨੈਸਟ ਫੁੱਲ ਉਹ ਹੈ ਜੋ ਕਦੀ ਵੀ ਮਾਇਆ ਦੇ ਵਸ਼ ਨਹੀਂ ਹੁੰਦੀ ਹੈ, ਮਾਇਆ ਦੀ ਖਿੱਟ ਪਿੱਟ ਵਿੱਚ ਨਹੀਂ ਆਉਂਦੇ ਹੈ। ਅਜਿਹੇ ਓਨੈਸਟ ਫੁੱਲ ਲਾਸਟ ਵਿੱਚ ਆਉਂਦੇ ਵੀ ਫਾਸਟ ਜਾਣ ਦਾ ਪੁਰਸ਼ਾਰਥ ਕਰਦੇ ਹੈ। ਉਹ ਪੁਰਾਣਿਆਂ ਤੋਂ ਵੀ ਅੱਗੇ ਜਾਣ ਦਾ ਲਕਸ਼ ਰੱਖਦੇ ਹੈ, ਆਪਣੇ ਅਵਗੁਣਾਂ ਨੂੰ ਕੱਢਣ ਦੇ ਪੁਰਸ਼ਾਰਥ ਵਿੱਚ ਰਹਿੰਦੇ ਹੈ, ਦੂਜਿਆਂ ਵਿੱਚ ਅਵਗੁਣਾਂ ਨੂੰ ਨਹੀਂ ਵੇਖਦੇ। ਓਮ ਸ਼ਾਂਤੀ। ਸ਼ਿਵ ਭਗਵਾਨ ਨੂੰ ਵਾਚ। ਉਹ ਹੋਇਆ ਰੂਹਾਨੀ ਬਾਪ, ਕਿਉਂਕਿ ਸ਼ਿਵ ਦਾ ਸੁਪਰੀਮ ਰੂਹ ਹੈ ਨਾ, ਆਤਮਾ ਹੈ ਨਾ ਬਾਪ, ਤਾਂ ਰੋਜ਼ ਰੋਜ਼ ਨਵੀਆਂ ਨਵੀਆਂ ਗੱਲਾਂ ਸੁਣਾਉਂਦੇ ਰਹਿੰਦੇ ਹੈ। ਗੀਤਾ ਸੁਣਾਉਣ ਵਾਲੇ ਸੰਨਿਆਸੀ ਆਦਿ ਬਹੁਤ ਹੈ, ਉਹ ਬਾਪ ਨੂੰ ਯਾਦ ਕਰ ਨਾ ਸਕਣ, ਬਾਬਾ ਅੱਖਰ ਕਦੀ ਉਹਨਾਂ ਦੇ ਮੁੱਖ ਤੋਂ ਨਿਕਲ ਨਾ ਸਕੇ। ਇਹ ਅੱਖਰ ਹੈ ਹੀ ਗ੍ਰਸਤ ਮਾਰਗ ਵਾਲਿਆਂ ਦੇ ਲਈ, ਉਹ ਤਾਂ ਹੈ ਨਿਵਰਤੀ ਮਾਰਗ ਵਾਲੇ, ਉਹ ਬ੍ਰਹਮ ਨੂੰ ਹੀ ਯਾਦ ਕਰਦੇ ਹੈ, ਮੁੱਖ ਤੋਂ ਕਦੀ ਸ਼ਿਵ ਬਾਬਾ ਨਹੀਂ ਕਹਿਣਗੇ। ਭਾਵੇਂ ਤੁਸੀਂ ਜਾਂਚ ਕਰੋ, ਸਮਝੋ ਵੱਡੇ ਵੱਡੇ ਵਿਦਵਾਨ ਸੰਨਿਆਸੀ ਚਿਮਰ ਜੰਦ ਆਦਿ ਗੀਤ ਸੁਣਾਉਂਦੇ ਹੈ। ਇਵੇਂ ਨਹੀਂ ਕਿ ਉਹ ਗੀਤਾ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਝ ਉਹਨਾਂ ਨਾਲ ਯੋਗ ਲਗਾ ਸਕਦੇ ਹੈ, ਨਹੀਂ, ਉਹ ਤਾਂ ਫਿਰ ਵੀ ਬ੍ਰਹਮ ਦੇ ਨਾਲ ਯੋਗ ਲਗਾਉਣ ਵਾਲੇ ਬ੍ਰਹਮ ਗਿਆਨੀ ਜਾਂ ਤੱਤਵ ਗਿਆਨੀ ਹੈ। ਸ਼੍ਰੀ ਕ੍ਰਿਸ਼ਨ ਨੂੰ ਕਦੀ ਕੋਈ ਬਾਬਾ ਕਹੇ ਇਹ ਹੋ ਨਹੀਂ ਸਕਦਾ, ਤਾਂ ਕ੍ਰਿਸ਼ਨ ਗੀਤਾ ਸੁਣਾਉਣ ਵਾਲਾ ਬਾਬਾ ਤਾਂ ਨਹੀਂ ਠਹਿਰਿਆ ਨਾ। ਸ਼ਿਵ ਨੂੰ ਸਭ ਬਾਬਾ ਕਹਿੰਦੇ ਹੈ, ਕਿਉਂਕਿ ਉਹ ਸਭ ਆਤਮਾਵਾਂ ਦਾ ਬਾਪ ਹੈ, ਸਭ ਆਤਮਾਵਾਂ ਉਹਨਾਂ ਨੂੰ ਪੁਕਾਰਦੀਆਂ ਹੈ। ਪਰਮ ਪਿਤਾ ਪਰਮਾਤਮਾ ਉਹ ਹੈ ਸੁਪਰੀਮ, ਪਰਮ ਹੈ ਕਿਉਂਕਿ ਪਰਮ ਧਾਮ ਵਿੱਚ ਰਹਿਣ ਵਾਲਾ ਹੈ। ਤੁਸੀਂ ਵੀ ਸਭ ਪਰਮ ਧਾਮ ਵਿੱਚ ਰਹਿੰਦੇ ਹੋ, ਪਰ ਉਹਨਾਂ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ, ਉਹ ਕਦੇ ਪੁਨਰ ਜਨਮ ਵਿੱਚ ਨਹੀਂ ਆਉਂਦੇ ਹੈ। ਆਪ ਕਹਿੰਦੇ ਹੈ, ਮੇਰਾ ਜਨਮ ਦਿਵਯ ਅਤੇ ਅਲੌਕਿਕ ਹੈ, ਇਵੇਂ ਕੋਈ ਰੱਥ ਵਿੱਚ ਪ੍ਰਵੇਸ਼ ਕਰ, ਤੁਹਾਨੂੰ ਵਿਸ਼ਵ ਦਾ ਮਾਲਿਕ ਬਣਨ ਦੀ ਯੁਕਤੀ ਦੱਸੋ, ਇਹ ਹੋਰ ਕੋਈ ਹੋ ਨਹੀਂ ਸਕਦਾ। ਤਾਂ ਬਾਪ ਕਹਿੰਦੇ ਹੈ, ਮੈਂ ਜੋ ਹਾਂ ਜਿਵੇਂ ਦਾ ਹਾਂ, ਮੈਨੂੰ ਕੋਈ ਵੀ ਨਹੀਂ ਜਾਣਦਾ, ਮੈਂ ਜਦ ਆਪਣਾ ਪਰਿਚੈ ਦਵਾਂ ਤਾਂ ਹੀ ਜਾਣ ਸਕਦੇ ਹੈ। ਇਹ ਬ੍ਰਹਮਾ ਨੂੰ ਜਾਂ ਤੱਤਵਾਂ ਨੂੰ ਮੰਨਣ ਵਾਲੇ ਸ਼੍ਰੀ ਕ੍ਰਿਸ਼ਨ ਨੂੰ ਫਿਰ ਆਪਣਾ ਬਾਪ ਕਿਵੇਂ ਮੰਨਣਗੇ? ਆਤਮਾਵਾਂ ਦਾ ਸਭ ਬੱਚੇ ਠਹਿਰੇ ਨਾ। ਸ਼੍ਰੀ ਕ੍ਰਿਸ਼ਨ ਨੂੰ ਸਭ ਪਿਤਾ ਕਿਵੇਂ ਕਹਿਣਗੇ? ਇਹ ਮੈਂ ਥੋੜ੍ਹੀ ਕਹਿਣਗੇ ਕਿ ਸ਼੍ਰੀ ਕ੍ਰਿਸ਼ਨ ਸਭ ਦਾ ਬਾਪ ਹੈ, ਅਸੀਂ ਸਭ ਬ੍ਰਦਰਸ ਹਾਂ। ਇਵੇਂ ਵੀ ਨਹੀਂ, ਸ਼੍ਰੀ ਕ੍ਰਿਸ਼ਨ ਸਰਵਵਿਆਪੀ ਹੈ, ਸਭ ਸ਼੍ਰੀ ਕ੍ਰਿਸ਼ਨ ਨੂੰ ਥੋੜ੍ਹੀ ਹੋ ਸਕਦੇ ਹੈ। ਜੇਕਰ ਸਭ ਸ਼੍ਰੀ ਕ੍ਰਿਸ਼ਨ ਹੋਣ ਤਾਂ ਉਹਨਾਂ ਦਾ ਬਾਪ ਵੀ ਚਾਹੀਦਾ ਹੈ। ਮਨੁੱਖ ਬਹੁਤ ਭੁੱਲੇ ਹੋਏ ਹੈ, ਨਹੀਂ ਜਾਣਦੇ ਹੈ, ਤਾਂ ਤੇ ਕਹਿੰਦੇ ਹੈ ਮੈਨੂੰ ਕੋਟਾਂ ਵਿੱਚ ਕੋਈ ਜਾਣਦਾ ਹੈ, ਸ਼੍ਰੀ ਕ੍ਰਿਸ਼ਨ ਨੂੰ ਤਾਂ ਕੋਈ ਵੀ ਜਾਣ ਲਵੇਗਾ। ਸਭ ਵਲਾਇਤ ਵਾਲੇ ਵੀ ਉਹਨਾਂ ਨੂੰ ਜਾਣਦੇ ਹੈ, ਲਾਰਡ ਕ੍ਰਿਸ਼ਨਾ ਕਹਿੰਦੇ ਹੈ ਨਾ, ਚਿੱਤਰ ਵੀ ਹੈ, ਅਸਲੀ ਚਿੱਤਰ ਤਾਂ ਹੈ ਨਹੀਂ, ਭਾਰਤ ਵਾਸੀਆਂ ਤੋਂ ਸੁਣਦੇ ਹੈ। ਇਹਨਾਂ ਦੀ ਪੂਜਾ ਬਹੁਤ ਹੁੰਦੀ ਹੈ, ਤਾਂ ਫਿਰ ਗੀਤਾ ਵਿੱਚ
ਇਹ ਲਿਖ ਦਿੱਤਾ ਹੈ ਸ਼੍ਰੀ ਕ੍ਰਿਸ਼ਨ ਭਗਵਾਨ। ਹੁਣ ਭਗਵਾਨ ਨੂੰ ਭਲਾ ਲਾਰਡ ਕਿਹਾ ਜਾਂਦਾ ਹੈ ਕਿ ਲਾਰਡ ਕ੍ਰਿਸ਼ਨ ਕਹਿੰਦੇ ਹੈ ਨਾ, ਲਾਰਡ ਤਾਂ ਟਾਈਟਲ ਅਸਲ ਵਿੱਚ ਵੱਡੇ ਆਦਮੀ ਨੂੰ ਮਿਲਦਾ ਹੈ, ਉਹ ਤਾਂ ਸਭ ਨੂੰ ਦਿੰਦੇ ਰਹਿੰਦੇ ਹੈ। ਇਸ ਨੂੰ ਕਿਹਾ ਜਾਂਦਾ ਹੈ ਅੰਧੇਰ ਨਗਰੀ। ਕਿਸੇ ਵੀ ਪਾਤਿਤ ਮਨੁੱਖ ਨੂੰ ਲਾਰਡ ਕਹਿ ਦਿੰਦੇ ਹੈ। ਕਿੱਥੇ ਇਹ ਅੱਜ ਦੇ ਪਾਤਿਤ ਮਨੁੱਖ, ਕਿੱਥੇ ਸ਼ਿਵ ਅਤੇ ਸ਼੍ਰੀ ਕ੍ਰਿਸ਼ਨ? ਬਾਪ ਕਹਿੰਦੇ ਹੈ, ਜੋ ਤੁਹਾਨੂੰ ਗਿਆਨ ਦਿੰਦਾ ਹੈ ਉਹ ਫਿਰ ਗੁੰਮ ਹੋ ਜਾਂਦਾ ਹੈ। ਮੈਂ ਹੀ ਆ ਕੇ ਨਵੀਂ ਦੁਨੀਆ ਸਥਾਪਨ ਕਰਦਾ ਹਾਂ, ਗਿਆਨ ਵੀ ਮੈਂ ਹੁਣ ਹੀ ਦਿੰਦਾ ਹਾਂ। ਮੈਂ ਜਦ ਗਿਆਨ ਦਵਾਂ ਤਾਂ ਹੀ ਬੱਚੇ ਸੁਣਨ, ਮੇਰੇ ਬਗੈਰ ਕੋਈ ਸੁਣਾ ਨਹੀਂ ਸਕਦਾ। ਜਾਣਦੇ ਹੀ ਨਹੀਂ ਕਿ ਸੰਨਿਆਸੀ ਸ਼ਿਵ ਬਾਬਾ ਨੂੰ ਯਾਦ ਕਰ ਸਕਦੇ ਹੈ, ਉਹ ਕਹਿ ਵੀ ਨਹੀਂ ਸਕਦੇ ਕਿ ਨਿਰਾਕਾਰ ਗੌੜ ਨੂੰ ਯਾਦ ਕਰੋ। ਕਦੇ ਸੁਣਿਆ ਹੈ, ਬਹੁਤ ਪੜ੍ਹੇ ਲਿਖੇ ਮਨੁੱਖ ਵੀ ਸਮਝਦੇ ਨਹੀਂ ਹੈ। ਹੁਣ ਬਾਪ ਸਮਝਾਉਂਦੇ ਹੈ, ਸ਼੍ਰੀ ਕ੍ਰਿਸ਼ਨ ਰੱਬ ਨਹੀਂ, ਮਨੁੱਖ ਤਾਂ ਉਹਨਾਂ ਨੂੰ ਹੀ ਰੱਬ ਕਹਿੰਦੇ ਰਹਿੰਦੇ ਹੈ। ਕਿੰਨਾ ਫਰਕ ਹੋ ਗਿਆ ਹੈ। ਬਾਪ ਦਾ ਬੱਚਿਆਂ ਨੂੰ ਬੈਠ ਪੜ੍ਹਾਉਂਦੇ ਹੈ, ਹੁਣ ਬਾਪ ਟੀਚਰ ਗੁਰੂ ਵੀ ਹੈ। ਸ਼ਿਵ ਬਾਬਾ ਸਭ ਨੂੰ ਬੈਠ ਸਮਝਾਉਂਦੇ ਹੈ, ਨਾ ਸਮਝਣ ਕਾਰਨ ਤ੍ਰਿਮੂਰਤੀ ਵਿੱਚ ਸ਼ਿਵ ਰੱਖਦੇ ਵੀ ਹੀ ਨਹੀਂ, ਬ੍ਰਹਮਾ ਨੂੰ ਰੱਖਦੇ ਹੈ, ਜਿਸ ਨੂੰ ਪ੍ਰਜਾਪਿਤਾ ਬ੍ਰਹਮਾ ਕਿਹਾ ਜਾਂਦਾ ਹੈ, ਪ੍ਰਜਾ ਨੂੰ ਰਚਣ ਵਾਲਾ। ਪਰ ਉਹਨਾਂ ਨੂੰ ਰੱਬ ਨਹੀਂ ਕਹਾਂਗੇ, ਰੱਬ ਪ੍ਰਜਾ ਨਹੀਂ ਰਚਦੇ ਹੈ। ਰੱਬ 'ਤੇ ਤਾਂ ਸਭ ਆਤਮਾਵਾਂ ਬੱਚੇ ਹੈ, ਫਿਰ ਕਿਸ ਦੁਆਰਾ ਪ੍ਰਜਾ ਰਚਦੇ ਹੈ? ਤੁਹਾਨੂੰ ਕਿਸ ਨੇ ਅਡੋਪਟ ਕੀਤਾ? ਬ੍ਰਹਮਾ ਦੁਆਰਾ ਬਾਪ ਨੇ ਅਡੋਪਟ ਕੀਤਾ। ਬ੍ਰਾਹਮਣ ਜਦ ਬਣਨਗੇ ਤਾਂ ਹੀ ਤਾਂ ਦੇਵਤਾ ਬਣਨਗੇ, ਇਹ ਗੱਲ ਤਾਂ ਤੁਸੀਂ ਕਦੀ ਸੁਣੀ ਨਹੀਂ ਹੈ। ਪ੍ਰਜਾਪਿਤਾ ਤਾਂ ਹੈ ਹੀ, ਜ਼ਰੂਰ ਪਾਠ ਹੈ, ਐਕਟ ਚਾਹੀਦਾ ਹੈ ਨਾ, ਐਕਟ ਚਾਹੀਦਾ ਹੈ ਨਾ, ਕਿ ਇੰਨੀ ਪ੍ਰਜਾ ਕਿੱਥੇ ਕਿੱਥੋਂ ਆਏਗੀ? ਕੁੱਖ ਵੰਸ਼ਾਵਲੀ ਵੀ ਤਾਂ ਹੋ ਨਾ ਸਕੇ, ਉਹ ਕੁੱਖ ਵੰਸ਼ਾਵਲੀ ਬ੍ਰਾਹਮਣ ਕਹਿਣਗੇ। ਸਾਡਾ ਸਰਨੇਮ ਹੈ ਬ੍ਰਾਹਮਣ, ਨਾਮ ਤਾਂ ਸਭ ਦਾ ਵੱਖ ਵੱਖ ਹੈ। ਪ੍ਰਜਾਪਿਤਾ ਬ੍ਰਹਮਾ ਤਾਂ ਕਹਿੰਦੇ ਹੀ ਤਾਂ ਹੈ ਜਦੋਂ ਸ਼ਿਵ ਬਾਬਾ ਇਹਨਾਂ ਵਿੱਚ ਪ੍ਰਵੇਸ਼ ਕਰਨ। ਇਹ ਨਵੀਆਂ ਗੱਲਾਂ ਹੈ, ਬਾਪ ਖੁਦ ਕਹਿੰਦੇ ਹੈ, ਮੈਨੂੰ ਕੋਈ ਜਾਣਦਾ ਨਹੀਂ, ਸ੍ਰਿਸ਼ਟੀ ਚੱਕਰ ਨੂੰ ਵੀ ਨਹੀਂ ਜਾਣਦੇ, ਤਾਂ ਤੇ ਰਿਸ਼ੀ ਮੁਨੀ ਸਭ ਨੀਤੀ ਨੀਤੀ ਕਹਿ ਗਏ ਹੈ, ਨਾ ਪਰਮਾਤਮਾ ਨੂੰ ਨਾ ਪਰਮਾਤਮਾ ਦੀ ਰਚਨਾ ਨੂੰ ਜਾਣਦੇ ਹੈ। ਬਾਪ ਕਹਿੰਦੇ ਹੈ, ਬਾਪ ਜਦ ਮੈਂ ਆ ਕੇ ਆਪਣਾ ਪਰਿਚਯ ਦਵਾਂ ਤਾਂ ਹੀ ਜਾਣ। ਇਹਨਾਂ ਦੇਵਤਾ ਨੂੰ ਉੱਥੇ ਇਹ ਪਤਾ ਥੋੜ੍ਹੀ ਨਾ ਪੈਂਦਾ ਹੈ ਅਸੀਂ ਇਹ ਰਾਜ ਕਿਵੇਂ ਪਾਇਆ। ਇਹਨਾਂ ਵਿੱਚ ਗਿਆਨ ਹੁੰਦਾ ਹੀ ਨਹੀਂ, ਪਦ ਪਾ ਲਿੱਤਾ ਫਿਰ ਗਿਆਨ ਦੀ ਲੋੜ ਨਹੀਂ। ਗਿਆਨ ਚਾਹੀਦਾ ਹੈ ਸਦਗਤੀ ਲਈ, ਇਹ ਤਾਂ ਸਦਗਤੀ ਨੂੰ ਪਾਏ ਹੋਏ ਹੈ। ਇਹ ਬੜੀਆਂ ਸਮਝਣ ਦੀਆਂ ਗੂੜੀਆਂ ਗੱਲਾਂ ਹੈ, ਸਮਝਦਾਰ ਹੀ ਸਮਝਣ। ਬਾਕੀ ਜੋ ਬੁੜੀਆਂ ਬੁੜੀਆਂ ਮਾਤਾਵਾਂ ਹੈ ਉਹਨਾਂ ਵਿੱਚ ਇੰਨੀ ਬੁੱਧੀ ਤਾਂ ਹੈ ਨਹੀਂ। ਇਹ ਵੀ ਡਰਾਮਾ ਪਲਾਨ ਅਨੁਸਾਰ ਹਰ ਇੱਕ ਦਾ ਪਾਰਟ ਆਪਣਾ ਹੈ। ਇਵੇਂ ਤਾਂ ਨਹੀਂ ਕਹਾਂਗੇ ਹੇ ਈਸ਼ਵਰ ਬੁੱਧੀ ਦਿਓ, ਸਭ ਨੂੰ ਇੱਕ ਜਿਹੀ ਬੁੱਧੀ ਅਸੀਂ ਦੇਈਏ ਤਾਂ ਸਭ ਨਾਰਾਇਣ ਬਣ ਜਾਣਗੇ, ਸਭ ਇੱਕ ਦੋ 'ਤੇ ਉੱਪਰ ਗੱਦੀ ਤਾਂ ਬੈਠਣਗੇ ਕੀ? ਹਾਂ, ਏਮ ਓਬਜੈਕਟ ਹੈ ਇਹ ਬਣਨਾ, ਤਾਂ ਬਣਨ ਦਾ ਸਭ ਪੁਰਸ਼ਾਰਥ ਕਰ ਰਹੇ ਹੈ, ਨਰ ਤੋਂ ਨਾਰਾਇਣ ਬਣਨ ਦਾ। ਬਣਨਗੇ ਤਾਂ ਪੁਰਸ਼ਾਰਥ ਅਨੁਸਾਰ ਨਾ, ਜੇ ਸਭ ਹੱਥ ਉਠਾਣਗੇ ਅਸੀਂ ਨਾਰਾਇਣ ਬਣਾਂਗੇ ਤਾਂ ਬਾਪ ਨੂੰ ਅੰਦਰ ਵਿੱਚ ਹਾਸਾ ਆਵੇਗਾ ਨਾ, ਸਭ ਇੱਕ ਵਰਗਾ ਬਣ ਕਿਵੇਂ ਸਕਦੇ ਹੈ? ਨੰਬਰਵਾਰ ਤਾਂ ਹੁੰਦੇ ਹੈ ਨਾ, ਨਾਰਾਇਣ ਤਾਂ ਫਸਟ ਸੈਕਿੰਡ ਥਰਡ, ਜਿਵੇਂ ਐਡਵਰਡ ਦੀ ਫਸਟ ਸੈਕਿੰਡ ਥਰਡ ਹੁੰਦਾ ਹੈ ਨਾ,
ਭਾਵੇਂ ਏਮ ਓਬਜੈਕਟ ਇਹ ਹੈ, ਪਰੰਤੂ ਖੁਦ ਸਮਝ ਸਕਦੇ ਹਨ ਚੱਲਣ ਅਜਿਹੀ ਹੈ ਤਾਂ ਕੀ ਪਦਵੀ ਪਾਉਣਗੇ। ਪੁਰਸ਼ਾਰਥ ਜ਼ਰੂਰ ਕਰਨਾ ਹੈ। ਬਾਬਾ ਨੰਬਰਵਾਰ ਫੁੱਲ ਲਿਆਉਂਦਾ ਹੈ, ਨੰਬਰਵਾਰ ਫੁੱਲ ਦੇ ਵੀ ਸਕਦੇ ਹੈ, ਪਰ ਇਵੇਂ ਕਦੇ ਨਹੀਂ ਕਰਦੇ ਨਹੀਂ, ਫੰਕ ਹੋ ਜਾਣਗੇ। ਬਾਬਾ ਜਾਣਦੇ ਹੈ, ਵੇਖਦੇ ਹੈ ਕੌਣ ਜਾਸਤੀ ਸਰਵਿਸ ਕਰ ਰਿਹਾ ਹੈ। ਇਹ ਚੰਗਾ ਫੁੱਲ ਹੈ, ਪਿੱਛੇ ਨੰਬਰਵਾਰ ਤਾਂ ਹੁੰਦਾ ਹੀ ਹੈ, ਬਹੁਤ ਪੁਰਾਣੇ ਵੀ ਬੈਠੇ ਹੈ, ਪਰ ਉਹਨਾਂ ਵਿੱਚ ਨਵੇਂ ਨਵੇਂ ਬੜੇ ਬੜੇ ਚੰਗੇ ਫੁੱਲ ਹੈ। ਕਹਿਣਗੇ ਇਹ ਨੰਬਰ ਵਨ ਓਨੈਸਟ ਫੁੱਲ ਹੈ, ਕੋਈ ਖਿਟਪਿਟ ਈਰਸ਼ਾ ਆਦਿ ਇਹਨਾਂ ਵਿੱਚ ਨਹੀਂ ਹੈ। ਬਹੁਤਿਆਂ ਵਿੱਚ ਕੁਛ ਨਾ ਕੁਛ ਖਾਮੀਆਂ ਜ਼ਰੂਰ ਹੈ। ਸੰਪੂਰਨ ਤਾਂ ਕੋਈ ਨੂੰ ਕਹਿ ਨਹੀਂ ਸਕਦੇ, 16 ਕਲਾਂ ਸੰਪੂਰਨ ਬਣਨ ਦੇ ਲਈ ਬਹੁਤ ਮਿਹਨਤ ਚਾਹੀਦੀ ਹੈ। ਹੁਣ ਕੋਈ ਸੰਪੂਰਨ ਬਣ ਨਾ ਸਕੇ, ਹੁਣ ਤਾਂ ਚੰਗੇ ਚੰਗੇ ਬੱਚਿਆਂ ਵਿੱਚ ਵੀ ਈਰਖਾ ਬਹੁਤ ਹੈ, ਖਾਮੀਆਂ ਤਾਂ ਹੈ ਨਾ। ਬਾਪ ਜਾਣਦੇ ਹੈ ਸਭ ਕਿਸ ਕਿਸ ਤਰ੍ਹਾਂ ਦਾ ਪੁਰਸ਼ਾਰਥ ਕਰ ਰਹੇ ਹੈ। ਦੁਨੀਆਂ ਵਾਲੇ ਕੀ ਜਾਣਨ, ਉਹ ਤਾਂ ਕੁਛ ਸਮਝਦੇ ਨਹੀਂ, ਬਹੁਤ ਥੋੜ੍ਹੇ ਸਮਝਦੇ ਹੈ। ਗਰੀਬ ਝੱਟ ਸਮਝ ਜਾਂਦੇ ਹੈ, ਬੇਹੱਦ ਦਾ ਬਾਪ ਆਇਆ ਹੋਇਆ ਹੈ ਪੜ੍ਹਾਉਣ। ਉਸ ਬਾਪ ਨੂੰ ਯਾਦ ਕਰਨ ਨਾਲ ਸਾਡੇ ਪਾਪ ਕੱਟ ਜਾਣਗੇ। ਅਸੀਂ ਬਾਪ ਦੇ ਕੋਲ ਆਏ ਹਾਂ, ਬਾਬਾ ਤੋਂ ਨਵੀਂ ਦੁਨੀਆਂ ਦਾ ਵਰਸਾ ਜ਼ਰੂਰ ਮਿਲੇਗਾ। ਨੰਬਰਵਾਰ ਤਾਂ ਹੁੰਦੇ ਹੀ ਹੈ, 100 ਤੋਂ ਲੈ ਕੇ 1 ਨੰਬਰ ਤੱਕ ਹਰ ਬਾਪ ਨੂੰ ਜਾਣ ਲਿੱਤਾ। ਥੋੜ੍ਹਾ ਵੀ ਸੁਣਿਆ ਤਾਂ ਸਵਰਗ ਵਿੱਚ ਜ਼ਰੂਰ ਆਉਣਗੇ। 21 ਜਨਮ ਦੇ ਲਈ ਸਵਰਗ ਵਿੱਚ ਆਉਣਾ ਕੋਈ ਘੱਟ ਹੈ ਕਿ ਇਵੇਂ ਤਾਂ ਨਹੀਂ, ਕੋਈ ਮਰਦਾ ਹੈ ਤਾਂ ਕਹਿਣਗੇ 21 ਜਨਮ ਦੇ ਲਈ ਸਵਰਗ ਵਿੱਚ ਗਿਆ। ਸਵਰਗ ਹੈ ਹੀ ਕਿੱਥੇ? ਕਿੰਨੀ ਮਿਸਅੰਡਰਸਟੈਂਡਿੰਗ ਕਰ ਦਿੱਤੀ ਹੈ। ਵੱਡੇ ਵੱਡੇ ਚੰਗੇ ਲੋਕ ਵੀ ਕਹਿੰਦੇ ਹੈ ਫਲਾਨਾ ਸਵਰਗ ਉਤਾਰਿਆ, ਸਵਰਗ ਕਹਿੰਦੇ ਕਿਸ ਨੂੰ ਹੈ, ਮਤਲਬ ਕੁਛ ਵੀ ਨਹੀਂ ਸਮਝਦੇ। ਇਹ ਸਿਰਫ ਤੁਸੀਂ ਹੀ ਜਾਣਦੇ ਹੋ, ਹੋ ਤੁਸੀਂ ਵੀ ਮਨੁੱਖ, ਪਰ ਤੁਸੀਂ ਬ੍ਰਾਹਮਣ ਬਣੇ ਹੋ, ਆਪਣੇ ਨੂੰ ਬ੍ਰਾਹਮਣ ਹੀ ਕਹਿਲਾਉਂਦੇ ਹੈ। ਤੁਸੀਂ ਬ੍ਰਾਹਮਣ ਤਾਂ ਇੱਕ ਬਾਪ ਦਾਦਾ ਹੈ, ਤੁਸੀਂ ਬ੍ਰਾਹਮਣਾਂ ਦਾ ਇੱਕ ਬਾਪ ਦਾਦਾ ਹੈ ਤਾਂ ਸਨੈਸੀਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਇਹ ਜੋ ਮੁਹਾਵਰ ਇਹ ਜੋ ਮਹਾਂਵਾਕਿਆ ਅਤੇ ਭਗਵਾਨ ਵਾਚ ਹੈ ਕਿ ਦੇਹ ਸਹਿਤ ਦੇਹ ਦੇ ਸਾਰੇ ਧਰਮ ਛੱਡ ਮਵੇਂ ਕੰਮ ਯਾਦ ਕਰੋ, ਕਿ ਇਹ ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਮਵੇਂ ਕੰਮ ਯਾਦ ਕਰੋ? ਤੁਸੀਂ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਦੇ ਹੋ ਕਿ? ਕਦੇ ਨਹੀਂ ਤਾਂ ਹਾਂ ਕਹਿਣਗੇ, ਉੱਥੇ ਹੀ ਪ੍ਰਸਿੱਧ ਹੋ ਜਾਵੇ। ਪਰ ਵਿਚਾਰੀਆਂ ਅਬਲਾਂ ਜਾਂਦੀਆਂ ਹੈ, ਉਹ ਕੀ ਜਾਣ, ਉਹ ਆਪਣੇ ਫੋਲੋਅਰਸ ਦੇ ਅੱਗੇ ਕ੍ਰੋਧਿਤ ਹੋ ਜਾਂਦੇ ਹੈ। ਦਰਵਾਸ਼ਾ ਦਾ ਨਾਮ ਵੀ ਹੈ ਨਾ, ਉਹਨਾਂ ਵਿੱਚ ਹੰਕਾਰ ਬਹੁਤ ਰਹਿੰਦਾ ਹੈ। ਫਾਲੋਅਰ ਸੈਟੇਰ ਭਗਤੀ ਦਾ ਰਾਜ ਹੈ ਨਾ, ਉਹਨਾਂ ਤੋਂ ਪੁੱਛਣ ਦੀ ਕਿਸੇ ਦੀ ਤਾਕਤ ਨਹੀਂ ਰਹਿੰਦੀ ਹੈ, ਨਹੀਂ ਤਾਂ ਉਹਨਾਂ ਨੂੰ ਕਹਿ ਸਕਦੇ ਹੈ ਤੁਸੀਂ ਤਾਂ ਸ਼ਿਵ ਬਾਬਾ ਦੀ ਪੂਜਾ ਕਰਦੇ ਹੋ, ਹੁਣ ਰੱਬ ਨੂੰ ਕਿਸ ਨੂੰ ਕਹਾਂਗੇ, ਕਿ ਠਿੱਕਰ ਭਿੱਤਰ ਵਿੱਚ ਰੱਬ ਹੈ? ਅੱਗੇ ਚੱਲ ਇਹਨਾਂ ਸਭ ਗੱਲਾਂ ਨੂੰ ਸਮਝਣਗੇ। ਹੁਣ ਨਸ਼ਾ ਕਿੰਨਾ ਹੈ, ਹੈ ਸਾਰੇ ਪੁਜਾਰੀ ਪੂਜਿਆ ਨਹੀਂ ਕਹਾਂਗੇ। ਬਾਪ ਕਹਿੰਦੇ ਹੈ ਮੈਨੂੰ ਬਿਰਲਾ ਕੋਈ ਜਾਣਦਾ ਹੈ, ਮੈਂ ਜੋ ਹਾਂ ਜਿਵੇਂ ਦਾ ਹਾਂ ਤੁਸੀਂ ਬੱਚਿਆਂ ਵਿੱਚ ਵੀ ਬਿਰਲਾ ਕੋਈ ਐਕੂਰੇਟ ਜਾਣਦੇ ਹੈ। ਉਹਨਾਂ ਦੇ ਅੰਦਰ ਵਿੱਚ ਬਹੁਤ ਖੁਸ਼ੀ ਰਹਿੰਦੀ ਹੈ, ਇਹ ਤਾਂ ਸਮਝਦੇ ਹੈ ਨਾ, ਬਾਬਾ ਹੀ ਸਾਨੂੰ ਸਵਰਗ ਦੀ ਬਾਦਸ਼ਾਹੀ ਦਿੰਦਾ ਹੈ, ਕੁਬੇਰ ਦੇ ਖਜ਼ਾਨੇ ਮਿਲਦੇ ਹੈ, ਅੱਲਾ ਅਵਲ ਦੀਨ ਦਾ ਵੀ ਖੇਡ ਵਿਖਾਉਂਦੇ ਹੈ ਨਾ, ਠਾਕਾ ਕਰਨ ਤੋਂ ਖਜ਼ਾਨਾ ਨਿਕਲ ਆਇਆ, ਬਹੁਤ ਖੇਡ ਵਿਖਾਉਂਦੇ ਹੈ। ਖੁਦਾ ਦੋਸਤ ਬਾਦਸ਼ਾਹ ਕੀ ਕਰਦੇ ਸੀ ਉਸਦੇ ਵੀ ਕਹਾਣੀ ਹੈ। ਪੁੱਲ 'ਤੇ ਜੋ ਆਉਂਦੇ ਸੀ ਉਹਨਾਂ ਨੂੰ ਇੱਕ ਦਿਨ ਦੀ ਰਜਾਈ 'ਤੇ ਰਵਾਨਾ ਕਰ ਦਿੰਦੇ ਸੀ। ਇਹ ਸਭ ਕਹਾਣੀਆਂ ਹੁਣ ਬਾਪ ਸਮਝਾਉਂਦੇ ਹੈ। ਖੁਦਾ
ਖੁਦਾ ਤੁਸੀਂ ਬੱਚਿਆਂ ਦਾ ਦੋਸਤ ਹੈ, ਇਹਨਾਂ ਵਿੱਚ ਪ੍ਰਵੇਸ਼ ਕਰ ਤੁਹਾਡੇ ਨਾਲ ਖਾਂਦੇ ਪੀਂਦੇ ਹੈ, ਖੇਡਦੇ ਵੀ ਹੈ। ਸ਼ਿਵ ਬਾਬਾ ਤਾਂ ਅਤੇ ਬ੍ਰਹਮਾ ਬਾਬਾ ਦਾ ਰੱਥ ਇੱਕ ਹੀ ਹੈ, ਤਾਂ ਜ਼ਰੂਰ ਸ਼ਿਵ ਬਾਬਾ ਵੀ ਖੇਡ ਤਾਂ ਸਕਦੇ ਹੋਣਗੇ ਨਾ। ਬਾਪ ਨੂੰ ਯਾਦ ਕਰ ਖੇਡਦੇ ਹੈ ਤਾਂ ਦੋਨਾਂ ਵਿੱਚ ਇੱਕ ਦੋਨੇ ਇਸ ਵਿੱਚ ਹੈ ਤਾਂ ਦੋ ਨਾ, ਬਾਪ ਅਤੇ ਦਾਦਾ। ਪਰ ਕੋਈ ਵੀ ਸਮਝਦੇ ਨਹੀਂ ਹੈ, ਕਹਿੰਦੇ ਹੈ ਰੱਥ 'ਤੇ ਆਇਆ ਤਾਂ ਫਿਰ ਉਸਨੂੰ ਘੋੜਾ ਘਾੜੀ ਦਾ ਰੱਥ ਬਣਾ ਦਿੱਤਾ ਹੈ। ਇਵੇਂ ਵੀ ਨਹੀਂ ਕਹਿਣਗੇ ਕਿ ਸ਼੍ਰੀ ਕ੍ਰਿਸ਼ਨ ਨੂੰ ਸ਼ਿਵ ਬਾਬਾ ਬੈਠ ਗਿਆ ਦਿੰਦੇ ਹੈ, ਉਹ ਫਿਰ ਕਹਿ ਦਿੰਦੇ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਉਵਾਚ। ਇਵੇਂ ਤਾਂ ਨਹੀਂ ਕਹਿੰਦੇ ਬ੍ਰਹਮਾ ਭਗਵਾਨ ਉਵਾਚ, ਨਹੀਂ, ਇਹ ਹੈ ਰੱਥ ਸ਼ਿਵ ਭਗਵਾਨ ਉਵਾਚ। ਬਾਹਰ ਬੈਠ ਤੁਸੀਂ ਬੱਚਿਆਂ ਨੂੰ ਆਪਣਾ ਅਤੇ ਰਚਨਾ ਦੇ ਆਦਿ ਮਧਿਅੰਤ ਦਾ ਪਰਿਚੈ ਡੂਰੇਸ਼ਨ ਦੱਸਦੇ ਹੈ, ਜੋ ਗੱਲ ਕੋਈ ਵੀ ਨਹੀਂ ਜਾਣਦੇ ਸੈਂਸੀਬਲ ਹੋ ਜਾਣਗੇ ਹੋਣਗੇ ਉਹ ਬੁੱਧੀ 'ਤੇ ਕੰਮ ਲੈਣਗੇ। ਸੰਨਿਆਸੀਆਂ ਨੂੰ ਤਾਂ ਸੰਨਿਆਸ ਕਰਨਾ ਹੈ, ਤੁਸੀਂ ਵੀ ਸਰੀਰ ਸਹੀ ਸਭ ਕੁਛ ਸੰਨਿਆਸ ਕਰਦੇ ਹੋ, ਜਾਣਦੇ ਹੋ ਇਹ ਪੁਰਾਣੀ ਖਾਲ ਹੈ। ਸਾਨੂੰ ਤਾਂ ਹੁਣ ਨਵੀਂ ਦੁਨੀਆਂ ਵਿੱਚ ਜਾਣਾ ਹੈ, ਅਸੀਂ ਆਤਮਾਵਾਂ ਇੱਥੇ ਦੀਆਂ ਰਹਿਣ ਵਾਲੀਆਂ ਨਹੀਂ ਹਾਂ, ਇੱਥੇ ਪਾਠ ਬਜਾਉਣ ਆਏ ਹਾਂ, ਅਸੀਂ ਰਹਿਵਾਸੀ ਪਰਮਧਾਮ ਦੇ ਹਾਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ, ਉੱਥੇ ਨਿਰਾਕਾਰੀ ਝਾੜ ਕਿਵੇਂ ਦਾ ਹੈ, ਸਾਰੀਆਂ ਆਤਮਾਵਾਂ ਉੱਥੇ ਰਹਿੰਦੀਆਂ ਹੈ, ਇਹ ਅਨਾਦੀ ਡਰਾਮਾ ਬਣਿਆ ਹੋਇਆ ਹੈ। ਕਿੰਨੀਆਂ ਕਰੋੜਾਂ ਵਿੱਚ ਜੀਵ ਆਤਮਾਵਾਂ ਹੈ, ਇੰਨੇ ਸਭ ਕਿੱਥੇ ਰਹਿੰਦੇ ਹੈ, ਨਿਰਾਕਾਰੀ ਦੁਨੀਆਂ ਵਿੱਚ। ਬਾਕੀ ਇਹ ਸਿਤਾਰੇ ਤਾਂ ਆਤਮਾ ਨਹੀਂ ਹੈ, ਮਨੁੱਖਾਂ ਨੇ ਤਾਂ ਇਹਨਾਂ ਸਿਤਾਰਿਆਂ ਨੂੰ ਵੀ ਦੇਵਤਾ ਕਹਿ ਦਿੱਤਾ ਹੈ, ਪਰ ਉਹ ਕੋਈ ਦੇਵਤਾ ਹੈ ਨਹੀਂ। ਗਿਆਨ ਸੂਰਜ ਤਾਂ ਅਸੀਂ ਸ਼ਿਵ ਬਾਬਾ ਨੂੰ ਹੀ ਕਹਿੰਦੇ ਹੈ, ਤਾਂ ਉਹਨਾਂ ਨੂੰ ਫਿਰ ਦੇਵਤਾ ਥੋੜ੍ਹੇ ਹੀ ਕਹਾਂਗੇ। ਸ਼ਾਸਤਰਾਂ ਵਿੱਚ ਤਾਂ ਕੀ ਗੱਲਾਂ ਲਿਖ ਦਿੱਤੀਆਂ ਹੈ, ਇਹ ਹੈ ਸਭ ਭਗਤੀ ਮਾਰਗ ਦੀ ਸਮੱਗਰੀ, ਜਿਸ ਵਿੱਚ ਤੁਸੀਂ ਥੱਲੇ ਹੀ ਡਿੱਗਦੇ ਆਏ ਹੋ। 84 ਜਨਮ ਲਓਗੇ ਤਾਂ ਜ਼ਰੂਰ ਥੱਲੇ ਉਤਰੋਗੇ ਨਾ। ਹੁਣ ਇਹ ਹੈ ਆਇਰਨ ਏਜਡ ਦੁਨੀਆ, ਸਤਯੁਗ ਨੂੰ ਕਿਹਾ ਜਾਂਦਾ ਹੈ ਗੋਲਡਨ ਏਜਡ ਦੁਨੀਆ। ਉੱਥੇ ਕੌਣ ਰਹਿੰਦਾ ਸੀ? ਦੇਵਤਾ। ਉਹ ਕਿੱਥੇ ਗਏ ਇਹ ਕਿਸੇ ਨੂੰ ਪਤਾ ਨਹੀਂ ਹੈ, ਸਮਝਦੇ ਵੀ ਹੈ ਪੁਨਰ ਜਨਮ ਲੈਂਦੇ ਹੈ, ਬਾਪ ਨੇ ਸਮਝਾਇਆ ਹੈ। ਪੁਨਰ ਜਨਮ ਲੈਂਦੇ ਲੈਂਦੇ ਦੇਵਤਾ ਤੋਂ ਬਦਲ ਹਿੰਦੂ ਬਣ ਗਏ ਹੈ, ਪਾਤਿਤ ਬਣ ਗਏ ਹੈ ਨਾ। ਹੋਰ ਕਿਸੇ ਦਾ ਵੀ ਧਰਮ ਬਦਲੀ ਨਹੀਂ ਹੁੰਦਾ, ਇਹਨਾਂ ਦਾ ਧਰਮ ਕਿਉਂ ਬਦਲੀ ਹੁੰਦਾ ਹੈ ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹੈ ਧਰਮ ਭ੍ਰਸ਼ਟ ਕਰਮ ਭ੍ਰਸ਼ਟ ਹੋ ਗਏ ਹੈ। ਦੇਵੀ ਦੇਵਤਾ ਸੀ ਤਾਂ ਪਵਿੱਤਰ ਜੋੜਾ ਸੀ, ਫਿਰ ਰਾਵਣ ਰਾਜ ਵਿੱਚ ਤੁਸੀਂ ਅਪਵਿੱਤਰ ਬਣ ਗਏ ਹੋ, ਤਾਂ ਦੇਵੀ ਦੇਵਤਾ ਕਹਿ ਨਹੀਂ ਸਕਦੇ, ਇਸ ਲਈ ਨਾਮ ਪੈ ਗਿਆ ਹੈ ਹਿੰਦੂ। ਦੇਵੀ ਦੇਵਤਾ ਧਰਮ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਨਹੀਂ ਸਥਾਪਨ ਕੀਤਾ, ਜ਼ਰੂਰ ਸ਼ਿਵ ਬਾਬਾ ਨੇ ਹੀ ਆ ਕੇ ਕੀਤਾ ਹੋਵੇਗਾ। ਸ਼ਿਵ ਜਯੰਤੀ ਸ਼ਿਵਰਾਤਰੀ ਵੀ ਮਨਾਈ ਜਾਂਦੀ ਹੈ, ਪਰ ਉਸਨੇ ਕੀ ਆ ਕੇ ਕੀਤਾ ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਇੱਕ ਸ਼ਿਵ ਪੁਰਾਣ ਵੀ ਹੈ, ਅਸਲ ਵਿੱਚ ਸ਼ਿਵ ਦੀ ਇੱਕ ਗੀਤਾ ਹੀ ਹੈ ਜੋ ਸ਼ਿਵ ਬਾਬਾ ਨੇ ਸੁਣਾਈ ਹੈ, ਹੋਰ ਕੋਈ ਸ਼ਾਸਤਰ ਹੈ ਨਹੀਂ। ਤੁਸੀਂ ਕੋਈ ਵੀ ਹਿੰਸਾ ਨਹੀਂ ਕਰਦੇ ਹੋ, ਤੁਹਾਡਾ ਕੋਈ ਸ਼ਾਸਤਰ ਤਾਂ ਬਣਦਾ ਨਹੀਂ, ਤੁਸੀਂ ਨਵੀਂ ਦੁਨੀਆਂ ਵਿੱਚ ਚਲੇ ਜਾਂਦੇ ਹੋ। ਸਤਯੁਗ ਵਿੱਚ ਕੋਈ ਵੀ ਸ਼ਾਸਤਰ ਗੀਤਾ ਆਦਿ ਹੁੰਦਾ ਨਹੀਂ, ਉੱਥੇ ਕੌਣ ਪੜ੍ਹਾਵੇਗਾ? ਉਹ ਤਾਂ ਕਹਿ ਦਿੰਦੇ ਹੈ ਇਹ ਵੇਦ ਸ਼ਾਸਤਰ ਆਦਿ ਪਰੰਪਰਾ ਤੋਂ ਚਲੇ ਆਉਂਦੇ ਹੈ, ਉਹਨਾਂ ਨੂੰ ਕੁਛ ਵੀ ਪਤਾ ਨਹੀਂ ਹੈ। ਸਵਰਗ ਵਿੱਚ ਕੋਈ ਸ਼ਾਸਤਰ ਆਦਿ ਹੁੰਦਾ ਨਹੀਂ, ਬਾਪ ਨੇ ਤਾਂ ਦੇਵਤਾ ਬਣਾ ਦਿੱਤਾ ਹੈ, ਸਭ ਦੀ ਸਦਗਤੀ ਹੋ ਗਈ, ਫਿਰ ਸ਼ਾਸਤਰ ਪੜ੍ਹਨ ਦੀ ਲੋੜ ਕੀ? ਉੱਥੇ ਸ਼ਾਸਤਰ ਹੁੰਦੇ ਨਹੀਂ। ਹੁਣ ਬਾਪ ਨੇ ਤੁਹਾਨੂੰ ਗਿਆਨ ਦੀ ਚਾਬੀ ਦਿੱਤੀ ਹੈ, ਜਿਸ ਨਾਲ ਬੁੱਧੀ ਦਾ ਤਾਲਾ ਖੁੱਲ੍ਹ ਗਿਆ ਹੈ। ਪਹਿਲੇ ਤਾਲਾ ਇੱਕਦਮ ਬੰਦ ਸੀ, ਕੁਛ ਵੀ ਸਮਝਦੇ ਨਹੀਂ ਸੀ।
ਅੱਛਾ, ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਆਸਾ ਨਬਰਿਕਪੁਰ, ਕਿਸੇ ਨਾਲ ਵੀ ਈਰਖਾ ਆਦਿ ਨਹੀਂ ਕਰਨੀ ਹੈ, ਖਾਮੀਆਂ ਕੱਢ ਸੰਪੂਰਨ ਬਣਨ ਦਾ ਪੁਰਸ਼ਾਰਥ ਕਰਨਾ ਹੈ, ਪੜ੍ਹਾਈ ਨਾਲ ਊਂਚ ਪਦ ਪਾਉਣਾ ਹੈ, ਨੰਬਰ ਦੂਜਾ ਸਰੀਰ ਸਹਿਤ ਸਭ ਕੁਛ ਦਾ ਸੰਨਿਆਸ ਕਰਨਾ ਹੈ, ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਨੀ ਹੈ, ਹੰਕਾਰ ਨਹੀਂ ਰੱਖਣਾ ਹੈ। ਵਰਦਾਨ ਹੈ ਜਿਹਦਾ ਅਵਿਨਾਸ਼ੀ ਅਤੇ ਬੇਹੱਦ ਦੇ ਅਧਿਕਾਰੀ ਦੀ ਖੁਸ਼ੀ ਅਤੇ ਨਸ਼ੇ ਦੁਆਰਾ ਸਦਾ ਨਿਸ਼ਚਿੰਤ ਭਵ, ਅਵਿਨਾਸ਼ੀ ਅਤੇ ਬੇਹੱਦ ਦੇ ਅਧਿਕਾਰੀ ਦੀ ਖੁਸ਼ੀ ਅਤੇ ਨਸ਼ੇ ਦੁਆਰਾ ਸਦਾ ਨਿਸ਼ਚਿੰਤ ਭਵ। ਅੱਜ ਬਾਬਾ ਆਖਦੇ ਨੇ ਦੁਨੀਆਂ ਵਿੱਚ ਬਹੁਤ ਮਿਹਨਤ ਕਰਕੇ ਅਧਿਕਾਰ ਲੈਂਦੇ ਹੈ, ਤੁਹਾਨੂੰ ਮਿਹਨਤ ਬਿਨਾਂ ਮਿਹਨਤ ਦੇ ਅਧਿਕਾਰ ਮਿਲ ਗਿਆ। ਬੱਚਾ ਬਣਨਾ ਮਤਲਬ ਅਧਿਕਾਰ ਲੈਣਾ, ਸ੍ਰੇਸ਼ਟ ਅਧਿਕਾਰੀ ਆਤਮਾ, ਇਹ ਬੇਹੱਦ ਦੇ ਅਧਿਕਾਰ ਦੇ ਨਸ਼ੇ ਅਤੇ ਖੁਸ਼ੀ ਵਿੱਚ ਰਹੋ ਤਾਂ ਸਦਾ ਨਿਸ਼ਚਿੰਤ ਰਹਾਂਗੇ। ਇਹ ਅਵਿਨਾਸ਼ੀ ਅਧਿਕਾਰ ਨਿਸ਼ਚਿੰਤ ਹੀ ਹੈ, ਜਿੱਥੇ ਨਿਸ਼ਚਿੰਤ ਹੁੰਦਾ ਹੈ ਉੱਥੇ, ਜਿੱਥੇ ਨਿਸ਼ਚਿੰਤ ਹੁੰਦਾ ਹੈ ਉੱਥੇ ਨਿਸ਼ਚਿੰਤ ਹੁੰਦੇ ਹੈ। ਆਪਣੀਆਂ ਸਭ ਜ਼ਿੰਮੇਵਾਰੀਆਂ ਬਾਪ ਦੇ ਹਵਾਲੇ ਕਰ ਦਿਓ ਤਾਂ ਸਭ ਚਿੰਤਾਵਾਂ ਤੋਂ ਮੁਕਤ ਹੋ ਜਾਓਗੇ। ਸਲੋਗਨ ਇਸ ਦਾ, ਜੋ ਉਧਾਰ ਚਿੱਤ ਵਿਸ਼ਾਲ ਦਿਲ ਵਾਲੇ ਹੈ ਉਹੀ ਏਕਤਾ ਦੀ ਨੀਂਹ ਹੈ, ਜੋ ਉਧਾਰ ਚਿੱਤ ਵਿਸ਼ਾਲ ਦਿਲ ਵਾਲੇ ਹੈ ਉਹੀ ਏਕਤਾ ਦੀ ਨੀਂਹ ਹੈ। ਓਮ ਸ਼ਾਂਤੀ।